ਮੈਂ ਡੱਕਿਆ ਮੈਂ ਕਿਹਾ ਹੁਣ ਡਰ ਛੱਤਰ ਭਰ ਗਿਆ ਬਣਿਆ ਖਾਣ ਵਿਚਾਰੇ ਨਾਲ ਉਹ ਯਾਰ ਢਿੱਲਾ ਲਾ ਕੇ ਗਾਂ ਉੱਡ ਗਿਆ ਇਹ ਹੁਣ ਪਿਛਾ ਕੀ ਖਾਇਆ ਆਜੋ 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 ਸ਼ਾਮ ਅੰਦਰ ਡੱਕੀ ਦੀਆਂ ਨੇ ਔਰ ਸੁਬਾਹ ਵੀ ਨਹੀਂ ਕੱਢੀ ਦੀਆਂ ਕਿਉਂਕਿ ਸੁਬਾਹ ਇੱਕ ਵਾਰੀ ਘਰ ਜਾਣਾ ਹੁੰਦਾ ਮੈਂ ਦੁੱਧ ਲੈ ਕੇ ਮਾਂ ਸੁਬਾਹ ਵੈਸੇ ਘਰ ਜਾਣਾ ਹੁੰਦਾ ਕਿਉਂਕਿ ਗੈਰ ਮਹਿਫੂਜ਼ ਦੇ ਮਾਲ ਆਖੇ ਤਾਂ ਕੋਲ ਹੋਈਏ ਅਤੇ ਫਿਰ ਹੀ ਬਾਹਰ ਰੱਖਾਂਗੇ ਨਹੀਂ ਤਾਂ ਅੰਦਰ ਹੀ ਰੱਖੀਆਂ ਰਹਾਂ ਇਸ ਟਾਈਮ ਵੀ ਤਕਰੀਬਨ 8 ਵੱਜ ਜਾਂਦੇ ਨੇ 8 ਵਜੇ ਫਿਰ ਬਾਹਰ ਕੱਢੀ ਦੀਆਂ ਨੇ ਹੁਣ ਵੈਸੇ ਅੰਦਰ ਕੈਦ ਕੋਈ ਨਹੀਂ ਹੈ ਲੇਕਿਨ ਬਾਹਰ ਗੈਰ ਮਹਿਫੂਜ਼ ਨੇ ਬਹੁਤ ਜ਼ਿਆਦਾ ਅੱਗੇ ਅਸਾਂ ਦਰਵਾਜ਼ਾ ਨਾ ਹੋਣ ਦੀ ਵਜ੍ਹਾ ਤੋਂ ਗੋਇਆਂ ਦੇ ਤਰੋੜੇ ਨੇ ਥਾਪੀਆਂ ਚਾਪੀਆਂ ਇਹ ਰਸਤਾ ਬੰਦ ਕੀਤੇ ਆ ਕਿਉਂਕਿ ਅਗਰ ਵਿੱਚੋਂ ਇੱਕ ਵੀ ਗਲਤੀ ਨਾਲ ਵੀ ਇੱਧਰ ਇੰਟਰ ਹੋ ਗਿਆ ਰੇਲਾ ਅਤੇ ਸਾਰੇ ਬਿਸਤਰੇ ਦੀ ਤਬਾਹੀ ਕਰ ਛੱਡਣੀ ਮੰਜੀਆਂ ਉੱਤੇ ਚੜ ਜਾਂਦੇ ਨੇ ਹਾਂ ਬਈ ਪਿਆਰੇ ਸੋਨੇ ਹਾਂ ਪਿਆਰੇ ਪੈਰਾ ਬਾਹਰ ਨਿਕਲਣਾ ਚਾਹੁੰਦਾ ਪੈਰ ਕੱਢਣੇ ਆ ਕਿ ਬਾਹਰ ਆਉਣੇ ਦੇਖੋ ਮਾਸ਼ਾ ਬੜੀ ਬੜੀ ਪੈ ਰਹੀਆਂ ਚਿੜੀਆਂ ਬੋਲ ਰਹੀਆਂ ਨੇ ਮੌਸਮ ਬਾਹਰ ਚੱਲ ਰਿਹਾ ਇਹ ਸਾਡਾ ਡੇਲਾ ਬੜਾ ਨਖਰੀ ਲਿਆ ਇਹਨੇ ਸਵੱਸਥ ਵੱਖਰੀਆਂ ਬੰਨੀ ਲਾਈ ਤੇ ਇਹਨੇ ਪੱਠੇ ਵੱਖਰੇ ਪਾਉਣੇ ਨੇ ਕੱਲ੍ਹ ਦੇ ਪੱਠੇ ਮੂੰਹ ਮਾਰ ਰਹੇ ਨੇ ਅੱਜ ਅੱਜ ਨਹੀਂ ਪਾਇਆ ਜੇ ਪਰਾਂ ਹੀ ਪਾਏ ਨੇ ਕਿਉਂਕਿ ਫੋਰਨ ਕੱਲ੍ਹ ਦਾ ਵੰਡਾ ਪਿਆ ਜੀ ਵੰਡਾ ਕੋਈ ਪਾਇਆ ਜੀ ਉਹ ਖਾਧਾ ਨੇ ਹੁਣ ਭੁੱਖ ਲੱਗੀ ਨੇ ਉਹ ਖਾ ਲੈਣ ਦੇ ਖਾ ਰਹੇ ਅਤੇ ਫਿਰ ਇਹਨਾਂ ਨੂੰ ਪਾਵਾਂ ਦੇ ਪੱਠੇ ਦੂਸਰੇ ਤਾਜ਼ੇ ਆਜੋ 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 ਮਾਸ਼ਾਅੱਲਾ ਓਏ ਉਹ ਨਾ ਰਹੋ ਆਪਣਾ ਹਿੱਸਾ ਪੀ ਓਏ ਆਪਣਾ ਹਿੱਸਾ ਪੀ ਪੁਛ ਸਭ ਦੀ ਸਪੀਡ ਚਲਾ ਰਿਹਾ ਹੁੰਦਾ ਨਾਲ ਨਾਲ ਮਾਰ ਤਾਂ ਅੱਗੀ ਦੀਆਂ ਪਿਆ ਸੋਟੀ ਦੀਆਂ ਲੂਣ ਲੂਣ ਕਰਨੀ ਆ ਬੱਕੀ 'ਚ ਲੂਣ ਕਿਹਦੀਆਂ ਵੱਜਦਾ ਜਾਂਦਾ ਮਾਰਨਾ ਤਾਂ ਕੋਈ ਨਹੀਂ ਅਸਰ ਹੁੰਦਾ ਨਾਲੇ ਉਹ ਮਾਰ ਖਾਣ ਜਲਦਾ ਵੀ ਨਹੀਂ ਲਾ ਮਾਰ ਸੋਟੀ ਮਾਰ ਕੇ ਪਿੱਛੇ ਲੱਤ ਕੱਟ ਮਾਰ ਚੱਲ 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 ਉਹ ਫੌਜੀ ਦੇ ਸੰਗ ਹੋਣਾ ਜਾਣੇ ਬੰਬਰੇ ਇਹਨਾਂ ਕੋਈ ਚਾਹੀਦੀ ਸ਼ਾਹ ਕੋਈ ਨਹੀਂ ਹੋਣੀ ਸੰਗ ਨਹੀਂ ਲੂਣ ਮਰਚੀ ਹੋਈ ਮੈਨੂੰ ਕੋਈ ਖਾਣੀ ਅਸਲਾਮ ਅਲੈਕਮ ਬਾਈ ਜੀ ਕੀ ਹਾਲ ਨੇ ਠੀਕ ਹੋ ਇਹ ਕੀ ਸ਼ੈ ਰੱਖੀ ਜੇ ਕੋ ਖਾਣੇ ਵਾਲੀ ਦਾਲ ਪਤੀਸਾ ਔਰ ਅੱਜ ਚਲੋ ਜਾਣ ਦਿਓ ਕੀ ਹਾਲ ਨੇ ਠੀਕ ਹੋ ਇਹ ਵੀਡੀਓ ਬਣ ਰਹੀ ਟਾਇਰ ਨਿਕਲ ਜਾਣਾ ਲੈ ਕੇ ਮਗਰ ਰੋਜ਼ ਨਾ ਮਾਰਨੀ ਸ਼ਹਿਰ ਆਈ ਖੁਦ ਜੇ ਅਸ ਗਈ ਕਿ ਉਹ ਨੋਈ ਟੁਰਦਾ ਨਾ ਯਾਂ ਟੁਰਨਾ ਅਸ ਫੈਂਦੇ ਬਾੜ ਓ ਐਕਸੀਡੈਂਟ ਨਾ ਕਰੀ ਖੇਰੀ ਜੋ ਗਿਆ ਚੱਲ ਗਾ ਢਿੱਲ ਵਾ ਲਵਾ ਕੇ ਐਸ ਨੂੰ ਲਾ ਛੜੇ ਆ ਆਂਦਾ ਮੈਂ ਡੱਕੇ ਮੈਂ ਕਿਹਾ ਹੁਣ ਡਰ ਛੱਤਰ ਭਰ ਗਿਆ ਬਣਿਆ ਖਾਣ ਵਿਚਾਰੇ ਨਾਲ ਅਤੇ ਉਹ ਯਾਰ ਢਿੱਲਾ ਲਾ ਕੇ ਗਾਂ ਉੱਡ ਗਿਆ ਇਹ ਹੁਣ ਪਿਛਾ ਕੀ ਖਾਇਆ ਛੱਡ ਦੇ ਅਸ ਗਿਆ ਚੱਲ ਗਾ ਅੱਗੇ ਆਪੇ ਆਪੇ ਪੁੱਠੀਆਂ ਕੰਮਾਂ ਤੋਂ ਖੁਸ਼ ਰਹਿੰਦਾ ਅਜੇ ਸਟਾਂਪ ਨੂੰ ਬਸ ਲੱਭਿਆ ਰਹੇ ਬਿਜਲੀ ਸਿਸਟਮ ਲਿਆ ਕੋਈ ਨਾ ਨਲਕਾ ਗੇੜ ਕੇ ਪਾਣੀ ਭਰ ਰਹੇ ਹਾਂ
ਮਾਂ ਨਵਾ ਰਿਹਾ ਮੱਝ ਨੂੰ, ਨਾਲ ਪਾਣੀ ਪੀ ਰਹੀ ਹੈ ਮੱਝ। ਮੌਸਮ ਬਦਲ ਗਿਆ, ਦੁੱਧ ਤੇਜ਼ ਹੁੰਦੀ ਹੈ ਅਤੇ ਮੱਝਾਂ ਬੜਾ ਪਾਣੀ ਪੀਂਦੀਆਂ ਨੇ। ਮੂਰਖ ਟੁੱਟ ਗਈ ਮੈਨੂੰ ਲੱਗਦਾ ਉਂਝ ਸਾਰੀ। ਨਲਕਾ ਗੇੜ ਨਹੀਂ ਰਹਿਣਾ ਹੁੰਦਾ, ਕੰਗਾਰੀ ਬਰਿੰਦੀ ਰਹੇ ਔਰ ਨਵਾਉਣਾ ਸੌਖਾ ਹੋਵੇ, ਨਿਗਾਹ ਸੁਕਾਉਣਾ ਨਹੀਂ ਚਾਹੀਦਾ। ਲਓ ਜੀ, ਛਾਵੇਂ ਬਹਿ ਕੇ ਨਾ ਗੰਨਾ ਚੁੱਕਣਾ ਸ਼ੁਰੂ ਕਰ ਛੱਡਿਆ। ਛਾਂ ਸਗਣੀ ਕੋਈ ਨਹੀਂ ਇਤਨੀ, ਹੌਲੀ ਹੌਲੀ ਅੱਲਾ ਖੈਰ ਰੱਖੀ ਨਾ, ਇਹ ਛਾਂ ਦਿਨ ਬ ਦਿਨ ਬਣਦੀ ਪਈ ਹੈ। ਇੱਕ ਦਿਹਾੜੀ ਵੇਖ ਕੇ ਗੋਲ ਥੋੜ੍ਹੇ ਨਿਕਲ, ਦੂਜੇ ਦਿਨ ਚੰਗੀ ਬੜੀ ਛਾਂ ਕਿਨਾ ਵੱਧ ਗਈ ਹੁੰਦੀ ਹੈ, ਅਤੇ ਅਜੇ ਥੋੜ੍ਹੀ ਥੋੜ੍ਹੀ ਧੁੱਪ ਆਉਂਦੀ, ਸਗਣੀ ਛਾਂ ਸਹੀ ਨਹੀਂ ਹੋਈ। ਅਤੇ ਆਏ ਛਾਵੇਂ ਬਹਿ ਕੇ ਗੰਨਾ ਚੁੱਕਣ ਦੀ ਫਿਰ ਆਪਣੀ ਚੱਸ ਹੈ। ਅਤੇ ਇਸ ਮੌਸਮ 'ਚ ਆਖਣ ਚੇਤਰ ਵਿੱਚ ਗੰਨੇ ਜਿਹੜੇ ਨੇ ਉਹ ਰਸ ਚੰਗਾ ਬੜਾ ਬਣਾ ਕੇ ਜਾਂਦੇ ਨੇ। ਅੱਗੇ ਨਿਕਲ ਆਉਂਦੇ ਗੰਨਾ ਚੁੱਪੀ ਦੇ ਆਉਣ, ਅਤੇ ਉੱਥੋਂ ਸ਼ੁਰੂ ਹੋ ਜਾਣਾ ਉਤਲੇ ਮਣੋ, ਆਗ ਵੱਢਦੇ ਜਾਣਾ ਸ਼ੁਰੂ ਹੋ ਜਾਣਾ। ਹੌਲੀ ਪਤਾ ਲੱਗਿਆ ਵਾ ਗੰਨਾ ਜਿਹੜਾ ਨਹੀਂ ਉਹ ਥੜਿਆ ਮਿਲਣਾ ਚੁੱਪੀ ਦਾ ਪੁੱਠਾ, ਕਿਉਂਕਿ ਜ਼ੈਕਾ ਸਿਲੰਡਰ ਥੱਲੇ ਹੁੰਦਾ ਹੈ ਨਾ, ਇਸ ਤੋਂ ਰਸ ਬਣਦਾ ਹੈ ਔਰ ਜੜ੍ਹਾਂ ਅਤੇ ਪਾਣੀ ਸਾਰੀ ਹਰ ਸ਼ੈ ਹੁੰਦੀ ਹੈ, ਅਸਰ ਜ਼ਾ ਹੁੰਦੇ ਨੇ। ਹੁਣ ਉੱਥੋਂ ਸ਼ੁਰੂ ਕਰੀਏ ਗੰਨਾ ਚੁੱਪਣਾ, ਉਹ ਇੱਥੋਂ ਤੱਕ ਪੜਦੇ ਹਾਂ ਉਂਝ ਬੰਦਾ ਰਾਜ ਲੈਂਦਾ, ਮਿੱਠੇ ਦੇ ਲੱਗ ਜਾਂਦਾ ਅਤੇ ਬੰਦਾ ਰੇਡ ਬਣਦਾ, ਥੱਲੇ ਜਿਹੜਾ ਅਸਲ ਜ਼ੈਕਾ ਹੁੰਦਾ ਉਹ ਸਾਰਾ ਹੋ ਜਾਂਦਾ। ਹੁਣ ਪਤਾ ਲੱਗਿਆ ਹੁਣ ਥੱਲੇ ਮਿਲਣਾ ਸ਼ੁਰੂ ਕਰੀਦਾ, ਕਿਹਦਾ ਵਾ ਜਿਹੜਾ ਅਸਲ ਜ਼ੈਕਾ ਉਹ ਪਹਿਲਾਂ ਸ਼ੁਰੂ ਕਰੀਏ। ਵਾਹ, ਨੈਚੁਰਲ ਮਿਠਾਸ ਹੈ, ਬਿਲਕੁਲ ਓਰੀਜਨਲ। ਥੱਲੇ ਮਣੇ ਨਾਲ ਇਹ ਹੁੰਦਾ ਵਾ ਟੋਟੀਆਂ ਲਿਖੀਆਂ ਹੁੰਦੀਆਂ ਨੇ, ਥੋੜ੍ਹਾ ਜਿਹਾ ਔਖਾ ਚੜਿੰਦਾ, ਲੇਕਿਨ ਇੱਕ ਜ਼ੈਕਾ ਬੜਾ ਵਧੀਆ ਹੁੰਦਾ, ਕਿਆ ਹੀ ਬਾਤਾਂ ਨੇ। ਆ ਭਾਈ ਓਰੀਜਨਲ ਦਾਤਰ ਨਾਲ ਵੱਢ ਰਹੇ ਨੇ ਪੱਠੇ, ਕੀ ਗੱਲ ਦਾਤਰੀ ਨਾਲ ਵੱਢਿਆ, ਪੈਰ ਥੱਕ ਜਾਂਦੇ ਨੇ ਬਹਿ ਕੇ, ਪੈਰ ਨਹੀਂ ਥੱਕਦੇ ਜਿੰਨੇ ਜਿੰਨੇ ਪੱਠੇ ਨਾ, ਜੇ ਦਾਤਰੀ ਨਾਲ ਵੱਢੀਏ ਤਾਂ ਦਾਤਰੀ ਹੱਥ ਲੱਗ ਜਾਂਦੀ ਹੈ। ਮੂਡ ਹੈ ਦਾਤਰ ਚੈੱਕ ਕਰ ਨਾ ਸੋਹਣਿਆ, ਭਾਈ ਚੈੱਕ ਕਰਨ ਲੱਗੇ ਨੇ ਦਾਤਰ ਨਾਲ। ਅੱਛਾ ਇੱਕ ਵਾਰ ਤਾਂ 500 ਰੁਪਈਆ, ਅੱਛਾ ਪੱਠੇ ਵੀ ਵੱਡੇ ਵੱਢ ਕੇ ਦਿਓ ਅਗਲੇ ਦਿਨ, ਅਤੇ 500 ਰੁਪਈਆ ਵੀ ਦਿਓ ਨਾਲ। ਹੈ ਸਹੀ ਰਮਾਨ ਸਾਹਿਬ ਆਪਣਾ ਸ਼ੌਕ ਪੂਰਾ ਕਰ ਰਹੇ ਨੇ ਦਾਤਰ ਨਾਲ ਵੜਨੇ ਦਾ। ਹੁਣ ਝੱਸ ਬੜੀ ਹੈ, ਪਰ ਕਈ ਜੱਟ ਆਉਂਦੇ ਨੇ ਪੱਠੇ ਵੀ ਨਾ ਆਪ ਜਾਂਦੇ ਨੇ। ਵਾਹ, ਚੱਸ ਬੜੀ ਉਂਝ ਵੱਡੇ ਪੱਠੇ ਹੋਣ, ਖਲੋ ਕੇ ਬੰਦਾ ਪੋਲਾ ਵਾਲਾ ਵੱਢਦਾ ਰਹੇ ਨਾ, ਬਣਿਆ ਕੰਮ ਹੋਵੇ ਜਿੰਨਾ ਦਿਲ ਬਣਨੇ ਵੱਢ ਛੱਡਦੇ। ਵੱਡੇ ਪੱਠੇ ਹੋਵੇ ਨਾ, ਰੇੜੀ ਚੰਗੀ ਭਰਨੀ ਹੋਵੇ ਨਾ, ਅੱਧਾ ਘੰਟੇ ਦਾ ਕੰਮ। ਸਹੀ, ਅੱਧਾ ਘੰਟਾ ਰੇੜੀ ਭਰ ਕੇ ਜਾਂਦੇ ਜਿਵੇਂ ਉਹ ਪੱਠੇ ਜਿਵੇਂ ਉਹ ਨੇ, ਉਹਨਾਂ ਤੋਂ ਮਿਹਨਤ ਬੜੀ ਕੀਤੀ, ਤੁਸੀਂ ਮਿਹਨਤ ਕੋਈ ਨਾ ਕੀਤੀ ਹੋਣੀ। ਨਾਲੇ ਉਹ ਟੋਟਾ ਜਿਹੜਾ ਮੁੰਜੀ ਵਾਲਾ ਨਾ, ਮੁੰਜੀ ਵਾਲੇ ਟੋਟੇ ਆਟੋਮੈਟਿਕ ਪੱਠੇ ਲਾਵੋਗੇ ਨਾ, ਬੜੇ ਪੱਠੇ ਹੁੰਦੇ। ਇੱਥੇ ਮੁੰਜੀ ਲੱਗੀ ਵੇਖੀ ਆ, ਲੇਕਿਨ ਸੁੱਕੀ ਵੇਖੀ, ਜਿਹਨਾਂ ਨੂੰ ਲੱਗੀ ਆ ਸੁੱਕੀ ਜਾਂਦੀ ਆ। ਸਵੇਰੇ ਪਾਣੀ ਦਿੰਦੇ ਨੇ, ਸ਼ਾਮ ਦੁਪਹਿਰਾਂ ਨਹੀਂ ਜਾਈ ਪਈ ਹੁੰਦੀ ਨਾ ਡੀਗਰਾਂ ਨਾਲ, ਅਤੇ ਉਹ ਇੰਝ ਹੈ ਨਾ ਪਿਛਲੀ ਵਾਰੀ ਪੱਠੇ ਨੇ ਚੰਗੇ ਆ। ਅੱਛਾ, ਪਹਿਲਾਂ ਲਾਹੌ ਜਿਹੜਾ ਚੁੱਕਿਆ ਨਾ ਉਹ ਇੱਥੇ ਆ। ਸਹੀ ਹੈ, ਹਾਂ ਅਤੇ ਐਸੇ ਕੀ ਪੱਠੇ ਨਹੀਂ ਜਾਂਦੇ ਜੋ ਸਵਾਦ ਨਹੀਂ ਕੀਤਾ ਪਰ ਜਾਇ ਤੈਨੂੰ ਕੋਣੀ ਹੈ ਦਾਤਰਾ ਲੰਬ ਹੋਇਆ ਹੋਇਆ ਦਾਤਰਾ ਲੰਬ ਹੋਇਆ ਹੈ ਤਾਂ ਜਾ ਜਾ ਇਕ ਲੋਤੀ ਹਾਂ ਠੀਕ ਹੈ, ਤੁਸੀਂ ਨਾ ਹੀ ਆਖੋ ਡੱਬਾ ਨਾ ਬਣੇ ਨਾ ਆਖੋ।
वाह भाई वाह।